ਸ੍ਰੀਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੇਵ ਨੰਬਰ ਦਾ ਪਿੰਡ ਸੰਗੋਵਾਲ, ਜ਼ਿਲ੍ਹਾ ਜਲੰਧਰ ਦਾ। ਮੈਂ 24 ਜੂਨ 2008 ਤੋਂ ਨੰਬਰਦਾਰ ਬਣਿਆ। ਮੈਂ ਇਲੈਕਟ੍ਰਿਸਿਟੀ ਬੋਰਡ 'ਚੋਂ ਐਜ਼ ਏ ਅਸਿਸਟੈਂਟ ਟੈਕਸੀਅਨ ਰਿਟਾਇਰ ਹਾਂ। ਉੱਤੇ ਮੈਂ 2008 ਤੋਂ 2013 ਤਾਈਂ ਪਿੰਡ ਦਾ ਸਰਪੰਚ ਰਿਹਾ। 13 ਤੋਂ 18 ਤਾਈਂ ਮੈਂ ਮੈਂਬਰ ਪੰਚਾਇਤ, 19 ਤੋਂ ਫਿਰ ਸਰਬਸੰਮਤੀ ਨਾਲ ਹੀ ਇਸ ਨਗਰ ਦਾ ਪੰਚਾਇਤ ਦਾ ਮੈਂਬਰ ਪੰਚਾਇਤ ਮੌਜੂਦਾ ਹਾਂ। ਇੱਕ ਤਾਂ ਸਭ ਤੋਂ ਪਹਿਲਾਂ ਸਰਕਾਰ ਨਾਲ ਤਾਲਮੇਲ ਰੱਖਣਾ, ਕੋਈ ਵੀ ਪਿੰਡ ਦੇ ਵਿੱਚ ਗਲਤ ਕੰਮ ਹੁੰਦਾ ਉਹਨੂੰ ਸੰਬੰਧਿਤ ਅਧਿਕਾਰੀਆਂ ਨੂੰ ਉਹਦੀ ਸਹੀ ਅਤੇ ਸਹੀ ਸੂਚਨਾ ਦੇਣੀ, ਅਤੇ ਜੇਕਰ ਕੋਈ ਪਿੰਡ ਦੇ ਵਿੱਚ ਕੋਈ ਸਰਕਾਰੀ ਅਫਸਰ ਜਾਂ ਕੋਈ ਹੋਰ ਕੋਈ ਧੱਕੇਸ਼ਾਹੀ ਕਿਸੇ ਨਾ ਕਰਦਾ ਬਿਨ ਵਜ੍ਹਾ, ਉਹ 'ਤੇ ਵੀ ਐਕਸ਼ਨ ਲੈਣਾ, ਅਤੇ ਉਹ ਜਿੰਨਾ ਧੱਕੇਸ਼ਾਹੀ ਹੁੰਦੀ ਉਹਨੂੰ ਇਨਸਾਫ ਦਿਵਾਉਣਾ। ਨੰਬਰਦਾਰ ਹੋਣ ਦੇ ਨਾਤੇ ਅਤੇ ਪਿੰਡ ਦਾ ਪੰਚਾਇਤ ਮੈਂਬਰ ਹੋਣ ਦੇ ਨਾਤੇ ਕੋਈ ਵੀ ਪੰਜਾਬ ਸਰਕਾਰੀ ਪ੍ਰੋਪਰਟੀ ਜਾਂ ਪੰਚਾਇਤ ਦੀ ਕੋਈ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਅਤੇ ਉਹਦੀ ਹਿਫਾਜ਼ਤ ਕਰਨੀ, ਅਤੇ ਕੋਈ ਨਜਾਇਜ਼ ਕਬਜ਼ਾ ਕਰਦਾ ਅਤੇ ਉਹਨੂੰ ਹੋਣ ਤੋਂ ਰੋਕਣਾ। ਮੈਂ ਆਪਣੇ ਟਰਿਓਰ ਦੇ ਵਿੱਚ ਐਜ਼ ਏ ਸਰਪੰਚ ਪਿੰਡ ਤੋਂ ਛੱਪੜ ਤੋਂ ਨਜਾਇਜ਼ ਕਬਜ਼ਾ ਉਠਾ ਕੇ ਅਤੇ ਤਕਰੀਬਨ 2 ਕਿੱਲੇ ਦਾ ਛੱਪੜ ਖਾਲੀ ਕਰਾਇਆ, ਜਿਹਦੇ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਬੜੇ ਸਹੀ ਢੰਗ ਨਾਲ ਹੋ ਰਹੀ ਆ। ਇੱਕ ਪੀੜ੍ਹੀ ਸਾਡੇ ਮਾਫ ਕਰਨਾ ਵੀ ਅੱਤਵਾਦ ਦੇ ਦੌਰਾਨ ਸਾਡੇ ਪੀੜ੍ਹੀ ਦਾ ਨੁਕਸਾਨ ਹੋਇਆ, ਨੌਜਵਾਨ ਪੀੜ੍ਹੀ ਦਾ। ਉਸ ਤੋਂ ਬਾਅਦ ਨਸ਼ਿਆਂ ਨੇ ਇੱਕ ਪੀੜ੍ਹੀ ਸਾਡੀ ਬਿਲਕੁਲ ਨਸ਼ਿਆਂ ਨੇ ਤਬਾਹ ਕਰਤੀ ਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਔਰ ਜਿਹੜੀ ਹੁਣ ਯੰਗ ਪੀੜ੍ਹੀ ਆ ਉਹਨੂੰ ਰੁਜ਼ਗਾਰ ਨਾ ਮਿਲਣ ਕਰਕੇ ਉਹ ਵਿਦੇਸ਼ਾਂ ਨੂੰ ਕੂਚ ਕਰ ਰਿਹਾ, ਜਿਹਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਭੁਗਤਣਾ ਪਊਗਾ। ਲੱਖਾਂ ਰੁਪਈਏ ਵੇਚ ਕੇ ਇਕੱਠੇ ਕਰਕੇ, ਕੋਈ ਕਰਜ਼ਾ ਲੈ ਕੇ, ਕੋਈ ਆਪਦੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ, ਅਤੇ ਬਾਹਰ ਵੀ ਬੱਚਿਆਂ ਦਾ ਬਹੁਤਾ ਵਧੀਆ ਹਾਲ ਨਹੀਂ, ਜਿਸ ਨਾਲ ਉੱਥੇ ਪੇਰੈਂਟਸ ਬਹੁਤ ਪਰੇਸ਼ਾਨ ਆ। ਉੱਥੇ ਵੀ ਇੰਨੇ ਕੁ ਬੱਚੇ ਚਲੇ ਗਏ ਆ ਕਿ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ। ਜੇ ਸਾਡੀਆਂ ਸਰਕਾਰਾਂ ਇੱਥੇ ਬੱਚਿਆਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਰੁਜ਼ਗਾਰ ਦੇਣ, ਅਤੇ ਸਾਡਾ ਪੰਜਾਬ, ਸਾਡਾ ਹਿੰਦੁਸਤਾਨ ਡਿਵੈਲਪ ਵੀ ਹੋ ਸਕਦਾ ਵਾ, ਅਤੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਵਾ। ਨਸ਼ਿਆਂ ਦਾ ਲੱਗਣ ਦਾ ਜ਼ਿਆਦਾ ਬੱਚਿਆਂ ਨੂੰ, ਨੌਜਵਾਨ ਨੂੰ ਇਹ ਵੀ ਕਾਰਨ ਆ ਕਿ ਉਹਨਾਂ ਨੂੰ ਉਹ ਟੈਨਸ਼ਨ 'ਚ ਰਹਿੰਦੇ ਆ, ਉਹਨਾਂ ਬਿਜ਼ੀ ਨਹੀਂ ਰਹਿੰਦੇ, ਵਿਹਲੇ ਰਹਿੰਦੇ ਆ, ਅਤੇ ਉਹਨਾਂ ਦੇ ਦਿਮਾਗ 'ਤੇ ਟੈਨਸ਼ਨ ਰਹਿੰਦੀ ਆ। ਇਸ ਕਰਕੇ ਵੀ ਉਹ ਨਸ਼ਿਆਂ ਦੇ ਰੁਝਾਨ ਨਾਲ ਇਕੱਠੇ ਗਰੁੱਪ ਬਣ ਕੇ ਨਸ਼ਿਆਂ ਦੇ ਰੁਝਾਨ ਨਾਲ ਜ਼ਿਆਦਾ ਜਾ ਰਹੇ ਹਨ। ਸਰਕਾਰ ਨੂੰ ਨਸ਼ੇ ਬੰਦ ਕਰਨੇ ਚਾਹੀਦੇ ਆ। ਨਸ਼ਿਆਂ ਦੇ ਬੰਦ ਹੋਣ ਤਾਂ ਹੀ ਹੋ ਸਕਦੇ ਜੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਛੇ ਰੁਜ਼ਗਾਰ ਦਿੱਤੇ ਜਾਣ, ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਵੇ, ਤਾਂ ਹੀ ਜਦ ਬੱਚੇ ਬਿਜ਼ੀ ਹੋ ਜਾਣਗੇ ਤਾਂ ਆਪੇ ਉਹ ਨਸ਼ਿਆਂ ਤੋਂ ਛੁਟਕਾਰਾ ਪਾ ਲੈਣਗੇ। ਬਾਹਰਲੇ ਕੰਟਰੀ ਜੋ ਸਾਡੇ ਜਾ ਰਹੇ ਆ ਬੱਚੇ, ਉੱਥੇ ਇੰਨੇ ਕੁ ਬਿਜ਼ੀ ਆ ਵੀ ਉਹਨਾਂ ਨੂੰ ਰੋਟੀ ਨਾਲੋਂ ਨੀਂਦ ਪਿਆਰੀ ਆ, ਇੰਨੇ ਬਿਜ਼ੀ ਹੋ ਜਾਂਦੇ ਆ।